ਜਿਹੜਾ ਆਪਣਾ ਪਹਾੜੀਪੁਰ ਪਿੰਡ ਪੈਂਦਾ ਥਾਣਾ ਨਰੋੜ ਜੈਮਲ ਸਿੰਘ ਉਹਦੇ ਓਪੋਜ਼ਿਟ ਪਾਕਿਸਤਾਨ ਵਾਲੀ ਸਾਈਡ ਤੇ ਕੁਝ ਲੋਕ ਕਣਕ ਵੱਢ ਰਹੇ ਸੀ ਤੇ ਉਹਦੇ ਬਾਅਦ ਕੋਈ ਸ਼ੱਕੀ ਮੂਵਮੈਂਟ ਬਾਰਡਰ ਦੇ ਲਾਗੇ ਦੇਖੀ ਹੈ BSF ਨੇ ਉਹਦੇ ਬਾਅਦ ਉਹਨਾਂ ਨੇ ਸਾਨੂੰ ਵੀ ਇਨਫੋਰਮ ਕੀਤਾ ਤੇ ਉਹਨਾਂ ਨੇ ਇਤਿਹਾਸ ਦੇ ਤੌਰ ਤੇ 4 ਰਾਉਂਡ ਫਾਇਰ ਕੀਤੇ ਤੇ ਇੱਕ ਇਲੂਮੀਨੇਸ਼ਨ ਬੰਬ ਵੀ ਫਾਇਰ ਕੀਤਾ ਤੇ ਮਗਰੋਂ ਪੁਲਿਸ ਵੀ ਉੱਥੇ ਪਹੁੰਚ ਗਈ ਸੀ ਤੇ ਬਾਰਡਰ ਤੋਂ ਆਰ ਵਾਲੀ ਇੰਡੀਆ ਵਾਲੀ ਸਾਈਡ ਤੇ ਵੀ ਆਪਾਂ ਇਤਿਹਾਸ ਦੇ ਤੌਰ ਤੇ ਥੋੜੀ ਚੈਕਿੰਗ ਵਗੈਰਾ ਨਾਈਟ 'ਚ ਵੀ ਕੀਤੀ ਡੇ 'ਚ ਫਿਰ ਆਪਾਂ ਜੁਆਇੰਟ ਸਰਚ ਵੀ ਕੀਤੀ BSF ਨਾਲ ਮਿਲ ਕੇ ਫੈਂਸ ਤੋਂ ਇੰਡੀਆ ਵਾਲੀ ਸਾਈਡ ਆਪਾਂ ਕੀਤੀ ਤੇ ਪਰਲੇ ਅਗਲੇ ਬੰਨੇ ਜਾ ਕੇ BSF ਨੇ ਵੀ ਚੈੱਕ ਕੀਤਾ ਬਾਰਡਰ ਪਿਲਰ ਦੇ ਲਾਗੇ ਤੇ BSF ਦੇ ਅਨੁਸਾਰ ਇਹ ਕਿ ਵੀ ਕੁਝ ਬੰਦੇ ਜਿਹੜੇ ਆ ਬਾਰਡਰ ਪਿਲਰ ਦੇ ਲਾਗੇ ਜਦੋਂ ਕੁਝ ਪਾਕਿਸਤਾਨ ਦੇ ਬੰਦੇ ਕਣਕ ਵੱਢ ਰਹੇ ਸੀ ਕੋਈ ਸ਼ੱਕੀ ਹਾਲਾਤ 'ਚ ਮੂਵਮੈਂਟ ਕਰ ਰਹੇ ਸੀ ਉਹਨੂੰ ਦੇਖ ਕੇ ਇਹਨਾਂ ਨੇ ਜਿਹੜਾ ਇਤਿਹਾਸ ਦੇ ਤੌਰ 'ਤੇ ਫਾਇਰ ਕੀਤਾ ਨਹੀਂ ਜੋ ਆਪਾਂ ਨੂੰ ਇਨਫੋਰਮੇਸ਼ਨ ਮਿਲੀ ਉਹਦੇ ਮੁਤਾਬਕ ਉਹ ਜਿਹੜੇ ਬੰਦੇ ਆ ਉਹ ਕੋਈ ਇੱਧਰਲੀ ਇੰਡੀਆ ਵਾਲੀ ਤਰਫ ਨਹੀਂ ਆਏ ਉਹਨਾਂ ਦੇ ਬਾਰਡਰ ਪਿਲਰ ਦੇ ਲਾਗੇ ਸ਼ੱਕੀ ਮੂਵਮੈਂਟ ਸੀ ਇਸ ਲਈ BSF ਨੇ ਪੂਰੀ ਇਤਿਹਾਸ ਦੇ ਤੌਰ 'ਤੇ ਉਹਨਾਂ ਦੇ ਉੱਪਰ ਜਿਹੜੇ 4 ਰਾਉਂਡ ਫਾਇਰ ਵੀ ਕੀਤੇ ਅਤੇ ਕੋਈ ਇੱਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਕਿ ਕੋਈ ਇੰਡੀਆ ਵਾਲੀ ਸਾਈਡ ਵੱਲ ਆਇਆ ਜਾਂ ਕੁਛ ਉਹਨਾਂ ਤੋਂ ਕੋਈ ਇੱਦਾਂ ਸਰਚ ਦੇ ਬਾਅਦ ਵੀ ਕੁਛ ਇਸ ਤਰ੍ਹਾਂ ਰਿਕਵਰ ਨਹੀਂ ਹੋਇਆ ਪੰਜਾਬ ਦੀਆਂ ਵੱਡੀਆਂ ਅਤੇ ਤਾਜ਼ਾ ਖਬਰਾਂ ਦੇ ਲਈ ਅੱਜ ਦੀ ਆਵਾਜ਼ ਦੇ ਫੇਸਬੁੱਕ ਪੇਜ ਨੂੰ ਲਾਈਕ ਕਰੋ ਪੇਜ ਫੋਲੋ ਕਰ ਆਪਣੇ ਦੋਸਤਾਂ ਦੇ ਨਾਲ ਸਾਂਝਾ ਕਰੋ ਦੇਸ਼ ਵਿਦੇਸ਼ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਖਬਰਾਂ ਲਈ ਤੁਸੀਂ ਸਾਡੇ YouTube ਚੈਨਲ ਅੱਜ ਦੀ ਆਵਾਜ਼ ਨੂੰ ਸਬਸਕ੍ਰਾਈਬ ਕਰੋ ਹਰ ਇੱਕ ਤਰ੍ਹਾਂ ਦੀ ਲੇਟੈਸਟ ਬ੍ਰੇਕਿੰਗ ਖਬਰ ਲਈ ਸਾਨੂੰ ਤੁਸੀਂ ਇੰਸਟਾਗ੍ਰਾਮ ਦੇ ਉੱਤੇ ਵੀ ਫੋਲੋ ਕਰੋ ਦੇਸ਼ ਵਿਦੇਸ਼ ਦੀ ਹਰ ਇੱਕ ਤਰ੍ਹਾਂ ਦੀ ਖਬਰ ਹੁਣ ਤੁਹਾਨੂੰ ਮਿਲੇਗੀ ਸਿਰਫ ਅੱਜ ਦੀ ਆਵਾਜ਼ ਦੇ ਉੱਤੇ ਤੁਸੀਂ ਅੱਜ ਦੀ ਆਵਾਜ਼ ਦਾ ਈ ਪੇਪਰ ਐਡੀਸ਼ਨ ਪੜ੍ਹਨ ਲਈ ਸਾਡੀ ਵੈਬਸਾਈਟ ਦੇ ਉੱਤੇ ਵੀ ਵਿਜ਼ਿਟ ਕਰ ਸਕਦੇ ਹੋ ਕੈਨੇਡਾ ਹੋਵੇ ਜਾਂ ਫਿਰ ਇੰਗਲੈਂਡ ਅਮਰੀਕਾ ਹੋਵੇ ਜਾਂ ਫਿਰ ਆਸਟ੍ਰੇਲੀਆ ਪੰਜਾਬੀ ਭਾਈਚਾਰੇ ਨਾਲ ਜੁੜੀ ਹਰ ਇੱਕ ਖਬਰ ਪਹੁੰਚਾਈ ਜਾਵੇਗੀ ਤੁਹਾਡੇ ਤੱਕ ਚੁੱਕੇ ਜਾਣਗੇ ਮਸਲੇ ਹੋਵੇਗੀ ਹੱਕ ਦੀ ਗੱਲ ਗਰੀਬਾਂ ਅਤੇ ਪਿਛੜਿਆਂ ਦਾ ਇੱਕੋ ਇੱਕ ਭਰੋਸੇਮੰਦ ਨਿਊਜ਼ ਚੈਨਲ ਅੱਜ ਦੀ ਆਵਾਜ਼ ਰੋਜ਼ਾਨਾ ਅੱਜ ਦੀ ਆਵਾਜ਼ ਪੰਜਾਬ ਦੀ ਭਰੋਸੇਮੰਦ ਅਖ਼ਬਾਰ